ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚੇ ਹਾਂ ਪਿੰਡ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਜਾਖਲ ਹਰਿਆਣਾ ਬਾਈ ਕਾਲੇ ਕੋਲੇ ਪਹੁੰਚੇ ਹੋਏ ਆ। ਝੋਟੀਆਂ ਦਿਖਾ ਦਾਂਗੇ ਸੱਜਣੋ ਛੇ, ਇੱਕ ਤਾਂ ਦਿਖਾ ਦਾਂਗੇ ਨੀਲੀ 'ਚ ਪੈਂਦੀ ਆ ਚਾਰ ਦੰਦ ਟੋਪ ਦੀ ਕੱਟੀ, ਚਾਰ ਦੰਦ ਛੇ ਦੰਦ ਪਸ਼ੂ ਮਿਲਣਗੇ ਬਾਈ ਕੋਲੇ, ਮਿਲਣਗੀਆਂ ਹਰਿਆਣੇ ਦੀਆਂ ਝੋਟੀਆਂ ਤੇ ਮਿਲਣਗੀਆਂ ਟੋਪ ਕੁਆਲਿਟੀ 'ਚ, ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ, ਇੱਕ ਦੋ ਝੋਟੀਆਂ ਤਿਆਰ ਦੁੱਧ ਵਾਲੀਆਂ ਨੇ ਤੇ ਬਾਕੀ ਜੇ ਗੱਲ ਕਰ ਲਈਏ ਸਾਰੀਆਂ ਹੈਗੀਆਂ ਸੱਜਣੋ ਕੱਚੀਆਂ ਸੂਈਆਂ ਹੋਈਆਂ। ਤੇ ਸਟਾਰਟਿੰਗ ਆਪਾਂ ਕਰਾਂਗੇ ਉਧਰਲੇ ਬੰਨਿਓ ਤੇ ਪਹਿਲਾਂ ਬਾਈ ਨਾਲ ਗੱਲਬਾਤ ਕਰਾ ਦਿੰਦੇ ਹਾਂ। ਹੋਰ ਕਾਲੇ ਕਿਵੇਂ ਆ, ਠੀਕ ਠਾਕ ਪੂਰੀ ਵਧੀਆ ਚੜ੍ਹਦੀ ਕਲਾ? ਐਨ ਵਧੀਆ ਵਧੀਆ ਕਿਵੇਂ ਆ ਕੰਮ ਕਾਰ? ਕੰਮ ਕਾਰ ਲੋਟੇ ਬਾਬੇ ਦੀ ਕਿਰਪਾ ਨਾਲ ਵਧੀਆ ਚੱਲਦਾ ਹਾਂ, ਹਨਾ ਵਧੀਆ ਚੱਲਦਾ। ਆਪਾਂ ਇਹਨਾਂ ਦਾ ਮਾਲ ਵਿਕ ਗਿਆ ਸੀ? ਹਾਂ ਵਿਕ ਗਿਆ ਜੀ ਪੂਰੀ ਮਾਲ, ਠੀਕ ਆ ਗੱਲ। ਤੇ ਉੱਥੋਂ ਕਰ ਦਈਏ ਸ਼ੁਰੂ ਫਿਰ ਇੱਕ ਮਾਲ ਨੰਬਰ, ਤਕਰੀਬਨ ਵਿਕੇ ਜਾਂਦੇ ਪੂਰੀ ਮਾਲ, ਆਪਣਾ ਸਾਫ ਹੁੰਦਾ ਹੈ, ਨਾ ਠੀਕ ਆ ਬਾਕੀ ਰੇਟ ਜਾਇਜ਼ ਜੀ ਆਪਾਂ ਵਾਲਾ ਬਾਕੀ। ਹਾਂ ਇਹ ਸੱਜਣਾ ਦੀ ਇੱਕ ਖਾਸੀਅਤ ਤੁਹਾਨੂੰ ਹੋਰ ਦੱਸ ਦਾਂ, ਪਸ਼ੂ ਜੈਨੂਅਨ ਮਿਲੂਗਾ ਤੇ ਰੇਟ ਮਾਰਕੀਟ 'ਚ ਪਤਾ ਕਰਕੇ ਫਿਰ ਬਾਈ ਤੋਂ ਆ ਕੇ ਚੀਜ਼ ਲੈ ਲਿਓ। ਹਾਂ ਜਾਨਵਰ ਵੀ ਜੈਨੂਅਨ ਮਿਲੂਗਾ ਤੇ ਰੇਟ ਵੀ ਜੈਨੂਅਨ ਮਿਲੂਗਾ ਤੇ ਜੈਨੂਅਨ ਹੀ ਕੰਮ ਆ ਬਾਈ ਦਾ, ਤਾਂ ਕਰਕੇ ਲਗਾਤਾਰ ਆਪਾਂ ਬਾਈ ਕੋਲੋਂ ਵੀਡੀਓ ਬਣਾਉਂਦੇ ਆ ਕਿਉਂਕਿ ਜਿੱਥੇ ਕੰਮ 'ਚ ਹੇਰ ਫੇਰ ਹੋ ਜਾਂਦੀ ਆ ਉੱਥੇ ਸੱਜਣੋ ਤੁਹਾਨੂੰ ਪਤਾ ਆਪਣੀ ਆਦਤ ਦਾ ਵੀ ਆਪਾਂ ਦੁਬਾਰਾ ਵੀਡੀਓ ਉਹ ਬੰਦੇ ਦੀ ਬਣਾਉਂਦੇ ਨਹੀਂ। ਇੱਥੋਂ ਕਰ ਦਈਏ ਗੱਲ, ਇਧਰੋਂ ਕਰਦੇ ਆਹ ਝੋਟੀ ਦੇ ਮਾਰ ਗਿਆ ਜੀ ਕੈਮਰਾ, ਪਹਿਲਾਂ ਫੇਸ 'ਤੇ ਮਾਰ ਕੈਮਰਾ ਇਹਦੇ ਉਹ ਤਾਂ ਸਿੰਗ ਦਿਖਾ ਦੇ ਝੋਟੀ ਦਾ, ਜਮਾ ਬੰਦ ਸਿੰਗ, ਕੱਦ ਵੀ ਫੁੱਲ ਪੂਰੀ ਵੱਡਾ, ਵੱਡੀ ਹੈ ਵੀਰੇ, ਵਜਨ ਵਜੂਦ ਵਾਲੀ ਆ ਗਈ, ਦੋਨੇ ਅੱਖਾਂ 'ਚ ਜਵਾਬ ਆ ਬਾਕੀ ਗਈ, ਸੂਆ ਕਾਲੀ ਸੁਭਾਅ ਬੜਾ ਠੰਡਾ, ਪਹਿਲਾਂ ਵੀਰੇ ਪਹਿਲਾਂ ਨਹੀਂ ਹੈ ਦੰਦਾਂ 'ਚ ਕਿਵੇਂ ਆ? ਹਾਂ ਦੰਦਾਂ ਚੌਕ ਦੇ ਬਰਾਬਰ ਨਹੀਂ ਕਰੇ, ਆਪਾਂ ਚੌਕੀ ਹੋ ਕਰ ਲਓ ਚਲੋ। ਚੌਕ ਦੇ ਦੰਦ ਕਾਲਾ ਕਹਿੰਦਾ ਇਹਨੇ ਸੱਜਣੋ ਬਰਾਬਰ ਨਹੀਂ ਕਰੇ, ਪਰ ਬਾਡੀ ਬੂਡੀ ਵਾਲਾ ਕੋਈ ਲੇਖਾ ਨਹੀਂ ਹੈਗਾ ਝੋਟੀ ਦਾ। ਇੱਕ ਗੱਲ ਹੋਰ ਦੱਸ ਦਿੰਦੇ, ਸੁਭਾਅ ਦੀ ਵੀ ਠੰਡੀ ਆ ਜਿਹੜੇ ਬਾਹਲੀ ਸਾਡੇ ਠੰਡੀ ਨਾਲ ਸੁਭਾਅ ਹੈ, ਕਰਦੀ ਆ। ਚਾਹੇ ਇੱਕ ਇੱਥੇ ਮਿੰਟ ਖੜਾ ਹੀ ਕਾਲੇ, ਰੱਖ, ਇੱਥੇ ਰੋਕ ਲਾ, ਇੱਥੋਂ ਇੱਥੋਂ ਦਿਖਾਈ ਕਰੀ, ਥਣ ਦਾ ਸਾਈਜ਼ ਦਿਖਾ ਦੇ ਇੱਥੋਂ, ਕਮਾਲ ਆ ਬਾਈ ਲੈ ਆਏ ਨੂੰ, ਸਿੰਗ ਵੀ ਬਿਲਕੁਲ ਬਿਲਕੁਲ ਬੰਦ ਆ ਗਿਆ, ਬਿਊਟੀ ਵਾਲੇ ਪੱਖ 'ਚ ਵੀ ਫੁੱਲ ਆ ਝੋਟੀ ਤੇ ਉਦਾਂ ਦੰਦਾਂ ਵਾਲੇ ਪੱਖ 'ਚ ਵੀ ਆ ਗਈ ਤੇ ਉਦਾਂ ਕੁਆਲਿਟੀ ਵਾਲੇ ਪੱਖ 'ਚ ਵੀ ਆ ਗਈ ਯਾਰ। ਇੱਥੋਂ ਦਿਖਾ ਦੇ ਯਾਰੀ, ਤੋਰਾ ਤੂਰਾ ਕਰਾ ਦੇ ਚੈੱਕ, ਕੱਦ ਵੀ ਫੁੱਲ ਵੱਡਾ, ਕੱਦ ਵੱਡਾ ਹੋਣ ਦੇ ਨਾਲ ਨਾਲ ਨਾ ਇੱਥੇ ਰੋਕੀ ਕਾਲੇ ਇੱਕ ਮਿੰਟ, ਉਰਲੇ ਬੰਨੇ ਲਿਆ ਗਿਆ ਜੀ ਕੈਮਰਾ, ਚੜਾਈ ਦਿਖਾ ਦੇ ਛੱਡੀ, ਚੜਾਈ ਕਿੰਨੀ ਆ, ਚੌੜੀ ਵੀ ਫੁੱਲ ਆ ਉੱਤੋਂ ਤੇ ਮੇਰੇ ਕੱਦ ਤੋਂ ਇਹਦੇ ਅੱਜ ਕੱਦ ਤੱਕ ਦਾ ਵੀ ਅੱਜ ਆ ਤੱਕ ਪੂਰੀ ਗਿਆ, ਹੋਰ ਹੋਣੇ ਕੱਟੀ ਨੇ ਕਮਾ ਦੇ ਕੇਰਾਂ ਹੋਰ ਕਾਲੇ ਆਂ, ਕਿਉਂਕਿ ਆਪਣੀ ਵੀਡੀਓ ਥੋੜੀ ਜੀ ਲੰਬੀ ਜ਼ਰੂਰ ਹੁੰਦੀ ਆ, ਲੰਬੀ ਹੁੰਦੀ ਆ ਸੱਜਣੋ ਤਾਂ ਕਰਕੇ ਕਿਉਂਕਿ ਮੇਰਾ ਆਈਡੀਆ ਹੁੰਦਾ ਵੀ ਪਸ਼ੂ ਨੂੰ ਹਰੇਕ ਪੱਖ ਤੋਂ ਦਿਖਾ ਦਈਏ, ਕਿਸੇ ਦੂਰ ਵਾਲੇ ਸੱਜਣ ਨੇ ਆਨਲਾਈਨ ਮੰਗਾਉਣਾ ਆਨਲਾਈਨ ਵੀ ਮੰਗਾ ਲੈਂਦਾ, ਹਰੇਕ ਪੱਖ ਤੋਂ ਪਸ਼ੂ ਨੂੰ ਦਿਖਾ ਦਈਏ ਤੇ ਦਿਖਾ ਦਈਏ ਓਡਾ ਕਿ ਜਿੱਡਾ ਕੁ ਪਸ਼ੂ ਹੁੰਦਾ। ਠੀਕ ਹੈ ਗੱਲ, ਹਾਂ ਜੂਮ ਜਾਮ ਕਰਨ ਵਾਲਾ ਸੀਨ ਨਹੀਂ ਆਪਣੇ ਕੋਲੇ ਹੁੰਦਾ, ਜੇ ਨਵੇਂ ਕਿਸੇ ਸੱਜਣ ਨੇ ਬਾਕੀ ਕੁੜੀ ਵੀਡੀਓ ਵਾਲੇ ਨੇ, ਅੱਜ ਤੱਕ ਜਿਹੜਾ ਕੋਈ ਆਇਆ ਇਹ ਲੰਬਾ ਨਹੀਂ ਆ ਵੀ ਯਾਰ ਤੁਸੀਂ ਵੀਡੀਓ 'ਚ ਵੱਡੀ ਲੱਗਦੀ ਹਾਂ, ਸੀ ਜੇ ਕੋਈ ਵੀਡੀਓ ਉਹੀ ਕੁਛ ਨਵਾਂ ਹੁੰਦਾ ਸੱਜਣਾ ਜਿਹੜਾ ਬਣਵਾਉਣਾ ਚਾਹੁੰਦਾ, ਇਹ ਗੱਲ ਦਾ ਖਾਸ ਧਿਆਨ ਰੱਖਿਓ, ਮੈਂ ਪਸ਼ੂ ਜੂਮ ਨਹੀਂ ਕਰਦਾ ਹੁੰਦਾ ਕਦੇ ਵੀ, ਜੈਨੂਅਨ ਜਾਣਕਾਰੀ ਦਊਂਗਾ ਉਰਲੇ ਬੰਨੇ ਦਿਖਾ ਕੇ ਜੀ ਆ ਕੇ ਥਣ ਦਾ ਸਹਿਜ ਤੇ ਥਣਾ ਦਾ ਗੈਪ ਦਿਖਾ ਦੀ, ਬਾਲਾ ਮੋਟਾ ਮੋਟਾ ਜਵਾਬ ਲੈ ਚੱਲ ਕਾ ਲਿਆ ਜੀ, ਆਇਆ ਫਿਰ ਪੀ ਲਈ ਆ, ਲੈ ਚੱਲ ਲੈ ਚੱਲ ਪਹਿਲਾਂ, ਤੇ ਇੱਥੋਂ ਦਿਖਾ ਦੇ ਬਾਡੀ ਤੋਰਾ, ਕਿੰਨੇ ਦਿਨ ਦੀ ਸੂਈ ਆ ਕਾਲੇ? ਹੋ ਗਏ ਵੀਰੇ 5-6 ਦਿਨ ਹੋ ਗਏ ਸੂਈ ਨੂੰ, ਬੱਚਾ ਕੀ ਆ ਨਾਲ? ਬੱਚਾ ਕੱਟਾ ਵੀਰੇ ਨਾਲ ਆ ਗਿਆ ਕੱਟਾ, 5-7 ਦਿਨਾਂ ਦੀ ਸੂਈ ਬੱਚੇ ਦੇ ਆ, ਬੱਚੇ ਦੇ ਮਾਰਦੇ ਕੈਮਰਾ, ਬੱਚੇ ਦੇ ਮਾਰਦੇ ਕੈਮਰਾ, ਤੂੜੀ ਤਾੜੀ ਜੀ ਪਾਰ ਗਈ ਆ ਬੱਚੇ ਦੇ, ਕਿਉਂ ਹੀ ਤੁਸੀਂ ਸਮਝ ਲਓ ਵੀ ਮਹੀਨੇ ਦਾ ਹੈ, ਨਾ 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 ਵੀਰੇ ਤਾਂ ਹਲੇ ਬੱਚਾ ਆ ਗਿਆ ਪਿਓਰ ਨੀਲੀ ਦਾ, ਦੋਨੇ ਅੱਖਾਂ 'ਚ ਜਵਾਬ ਆ ਗਏ, ਤੇ ਬੌਲਾ ਕਾਲੇ ਕਿੰਨਾ ਕੁ ਹਾਜ਼ਰ ਹੈ ਇਹਦੇ ਕੋਲ? ਵੀਰੇ ਹੁਣ 11 ਲੀਟਰ ਬੋਲੇ ਤੇ ਸਟਾਰਟਿੰਗ ਹੋਈ ਹੈ ਜੀ 11 ਤੋਂ, ਹਾਂ ਕਿੰਨਾ ਕੁ ਪਾ ਸਕਦੇ ਆ ਤੇਰੇ? ਵੀਰੇ ਜਿਵੇਂ ਝੋਟੀ ਵੱਡੀ ਬੁੱਢੀ ਹੈ ਪੂਰੀ ਹੈ, ਕੱਦ ਕਾਠ ਵਾਲੀ ਹੈ, 15 ਲੀਟਰ ਤਾਂ ਦੇ ਦੇ ਪਹਿਲਾਂ, ਪਹਿਲਾਂ ਨੂੰ 15 ਕਿਲੋ, 15 ਬਾਕੀ ਐਡੀ ਨੂੰ ਪੂਰੀ ਕੋਈ ਜ਼ਿਆਦਾ ਵੀ ਨਹੀਂ ਹੈਗਾ, ਜਾਮਦੀ ਵੀ ਨਹੀਂ ਐਡੀ, ਹਾਂ ਨਹੀਂ ਜ਼ਿਆਦਾ ਵੀ ਨਹੀਂ ਹੈਗਾ ਐਡੀ ਝੋਟੀ ਨੂੰ, ਪੈਸੇ ਕਾਲੇ ਦੇ ਇਹਦਾ ਜਮੀਨ ਜੈਸਨੋ 1,65,000 ਲੈ ਲਓ, 1,65,000 ਮੇਰਾ ਖਿਆਲ ਆ, ਸਾਰੀਆਂ 'ਚ ਮਹਿੰਗੀ ਹੋਣੀ ਹੈ ਨਾ, ਹਾਂ ਹਾਂ ਸਾਰੀਆਂ 'ਚ ਮਹਿੰਗੀ ਆ ਇਹ ਸੱਜਣੋ, ਬਾਈ ਕਹਿੰਦਾ ਤਾਂ 1,65,000 ਰੁਪਇਆ ਲਵਾਂਗੇ,
ਤੇ ਹੁਣ ਮਾਰ ਦੇਗਾ ਜੀ 2 ਨੰਬਰ ਵਾਲੀ ਕੋਟੀ ਦੇ ਕੈਮਰਾ। ਬੱਚਾ ਲਾ ਜੀ ਇੱਕ। ਹਾਂ ਬੱਚਾ ਬਾਈ ਤੋਂ ਲਵਾ ਦੇ ਧਾਰਾ ਮਾਰ ਕੇ। ਜਾ ਮਾਰ, ਮੈਂ ਧਾਰਾ ਮਾਰ ਜਾਵਾਂ, ਤੂੰ ਬੱਚਾ ਪਛਮਾ ਲਿਆ ਕਰੀਂਗੀ ਨਾ। ਪਛਮਾ ਦੇ ਅੱਜ ਆਪਣਾ ਸੇਠ ਹੈ ਨਹੀਂ, ਅੱਜ ਸੇਠ ਜਾ ਰਿਹਾ ਬਾਹਰ। ਉਦੋਂ ਤੱਕ ਤੁਹਾਨੂੰ 2 ਨੰਬਰ ਵਾਲੀ ਝੋਟੀ ਦਿਖਾ ਦਾਂਗੇ ਆਪਾਂ, ਬੱਚਾ ਲਾ ਦੇਈਏ ਤੇ ਪਸਮਗੀ ਬਈ ਕਰ ਦਿੰਦੇ। ਤੇ ਬੱਚਾ ਦਿਖਾ ਦੇਗਾ ਜੀ, ਇੱਧਰ ਲੱਗਦਾ ਦਿਖਾ ਦੇ ਵੀ ਵਾਕਈ ਇਸੇ ਦਾ ਹੀ ਆ। ਦੁੱਧ ਪਾ ਦਿਆ ਕਰ, ਦੁੱਧ ਪਾ ਦਿਆ ਕਰ, ਦੁੱਧ ਪਾ ਦੇ। ਤੇ ਹੁਣ ਮਾਰ ਦੇ 2 ਨੰਬਰ ਵਾਲੀ ਝੋਟੀ ਦੇ ਕੈਮਰਾ। ਤੀਜਾ ਦਿਨ ਬੋਲਾ ਖਾਲੀ ਹੋਇਆ ਬੱਚੇ ਦੇ ਮਾਰ ਦੇ ਕੈਮਰਾ ਨੂੰ, ਆ ਬੋਲਾ ਖਾਲੀ ਆ ਕੈਮਰਾ, ਤੁਹਾਨੂੰ ਬੱਚੇ ਨੇ ਵੀ ਮਾਰ ਦਾਂਗੇ। ਸੁਆ ਦੂਜਾ ਦੰਦਾਂ ਚ ਆ ਗਈ 6 ਦੰਦ, ਬੋਲੇ ਚੋਂ ਖਾਲੀ ਹੁੰਦੀ ਥੱਲੇ ਕਿੰਨੇ ਕੁ ਕਲੇ? 11 ਤੋਂ ਚੱਲੀ ਹੈ ਵੀਰੇ, ਵੀ 10 11 ਤੋਂ। ਹਾਂ 10 11 ਕਿਲੋ ਬੋਲੇ ਤੋਂ ਬਾਈ ਕਹਿੰਦਾ ਦੀ ਸਟਾਰਟਿੰਗ ਆ ਲਿਆ ਬਈ ਇਹਨੂੰ ਬੰਦੇ। ਤੇ ਕੱਦ ਕਾਠ ਇਹਦਾ ਵੀ ਸੋਹਣਾ ਝੋਟੀ ਦਾ, ਤੇ ਆਰਡਰ ਵੀ ਸੋਹਣਾ ਰੱਖਦੀ ਆ, ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਇਹਦੇ ਆ ਗਈ ਸੱਜਣੋ ਕੱਟੀ, ਉੱਤੋਂ ਫੁੱਲ ਚੜਾਈ ਵਾਡੀ ਹੈ, ਤੇ ਉੱਥੋਂ ਗਰੀ ਆ ਕੱਟੀ ਤੇ ਮਾਰਦੇ ਕੈਮਰਾ ਬਿਲਕੁਲ। ਬਾਕੀ ਉਰੀ ਇਹਦੀ ਹੋਰ ਹੈ, ਆਪਣੇ ਕੋਲ ਸੂਈ ਦੀ ਵੀਡੀਓ ਹੈਗੀ ਹੈ, ਕੱਤੀ ਵਾਲੀ ਸ਼ਾਮ ਨੂੰ ਸੂਈ ਹੈ, ਅੱਜ 3 ਹੋ ਗਈ ਲਾ ਲੈ ਵੀ। ਠੀਕ ਆ ਗੱਲ। ਹਾਂ ਇਹ 2 ਨੰਬਰ ਵਾਲੀ ਝੋਟੀ ਦੀ। ਹਾਂ 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 ਠੀਕ ਆ ਗੱਲ। ਤੇ ਬੋਲਾ ਇਹਦੇ ਕੋਲੇ ਹੈਗਾ ਬਾਈ ਕਹਿੰਦਾ ਓਏ ਬਾਲਟੀ ਦਾ ਜੋ ਤੋਏ 10 ਤੋਂ 12 ਕਿਲੋ ਹਾਜ਼ਰ ਹੈ ਇਹਦੇ ਕੋਲੇ, ਤੇ ਥਣ ਦਾ ਸਾਈਜ਼ ਵੀ ਚਵਾ ਚੂ ਬੜੀ ਆ, ਤੇ ਬਾਕੀ ਚਵਾ ਦੀ ਚੰਗੀ ਆ, ਤੇ ਨਾਲ ਇਹਦੇ ਆ ਗਈ ਕੱਟੀ। ਇਹਦਾ ਕਾਲੇ ਕੀ ਰੇਟ ਰਹੂ 2 ਨੰਬਰ ਵਾਲੀ ਝੋਟੀ ਇਹਦਾ? ਯਾਰ 140 ਝੋਟੀ ਦੇ ਦਾਂਗਾ, 1,40,000 ਦੀ ਮਾਨਤਾਨ ਕਰ ਦਿਆਂਗੇ? ਕਰ ਦਾਂਗੇ, ਕੋਈ ਗੱਲ ਨਹੀਂ। ਆ ਮਾਨਤਾਨ ਬਾਈ ਕਹਿੰਦਾ ਕਰ ਦਿਆਂਗੇ, ਲਾ ਦੇ ਬਈ ਬੱਚਾ ਇਹਨੂੰ ਵੀ ਨਾਲ ਦੀ ਨਾਲ ਲਾਈ ਜਾ। ਤੇ ਤੂੰ ਆ ਜਾ ਘਰੀ ਇਧਰਲੇ ਬੰਨੇ, ਬੱਲੀ ਜਾਂ ਦਿਖਾ ਦੇ ਧਾਰਾ ਮਾਰ ਕੇ ਕਾਲੇ। ਜਦੋਂ ਬੱਚਾ ਛੱਡਦਾ ਉਹਨੇ ਮਾੜਾ ਜਾ ਬੱਚੇ ਦੇ ਪਾ ਦਿਆ ਕਰੋ। ਥਣ ਦਾ ਸਾਈਜ਼ ਦਿਖਾ ਦੇ, ਹੋ ਜਾ ਵੀਰੇ ਆ ਲਓ, ਕੋਈ ਗੱਲ ਨਹੀਂ, ਬੱਚਾ ਥੱਲੇ ਦਿਖਾ ਦਾਂਗੇ ਦੂਜੀ ਮਹਿੰਦੀ ਆਪਾਂ ਨੂੰ ਚੱਕਰ ਨਹੀਂ। ਇੱਥੇ ਚਵਾਈ ਕਰ ਸਕਦੇ, ਚਵਾਈ ਬਣੀ ਨਹੀਂ ਹੈਗੀ ਹਲੇ। ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ, ਚਵਾਈ ਪਹਿਲਾਂ ਕੱਟੀ ਦੀ ਚਵਾਈਆਂ ਲੱਗ ਕੇ ਬਣਦੀ ਆ, ਨਾ ਮਾਰ ਦੇ ਗੱਲਾਂ ਥੋੜੇ ਦਿਨ ਦੀ ਸੂਈ ਹੋਈ ਆ, ਪਿਛਲਾ ਚ ਵੀ ਮਾਰ ਦੇ ਬਾਈ। ਐ ਨਹੀਂ, ਕਈ ਵਾਰੀ ਬਾਈ ਪਤਾ ਕੀ ਹੈ, ਜੇ ਮਰਜ਼ੀ ਬੰਦਾ ਵੀਡੀਓ ਕਾਲ ਤੇ ਜਾ ਕੇ ਚੁਸਰੇ ਚਵਾਈ ਦੀ ਮਾੜੀ ਮਿਲੂਗੀ। ਠੀਕ ਆ ਗੱਲ। ਹਾਂ ਇਹ ਨਹੀਂ ਹੈਗਾ ਥੋੜੇ ਪਹਿਲੇ ਕਿ ਤੂੰ, ਤੈਨੂੰ ਪਤਾ ਚਵਾਈਆਂ ਬਣਦੀਆਂ ਮੰਨਦੀਆਂ। ਆ ਚੋਣ ਚਵਾਉਣ ਦੀ ਆ ਗਈ 100 ਦੀ 100, ਤੇ ਇੱਧਰ ਮਾਰ ਦੇ ਆ ਜਾ ਕਰੀ ਛੱਡ ਦੇ ਘਾਲੇ। ਹੁਣ ਮਾਰ ਦੇ 2 ਨੰਬਰ ਵਾਲੀ, ਤੇ ਬੱਚਾ ਇਹਦਾ ਵੀ ਲੱਗਿਆ ਦਿਖਾ ਦੇ, ਇੱਧਰਲੇ ਬੰਨੇ ਦਿਖਾ ਦੇ। ਕਈ ਭਰਾ ਕਹਿੰਦੇ ਨੇ ਬੱਚਾ ਨਹੀਂ ਦਿਖਾਉਂਦੇ, ਬੱਚੇ ਦਿਖਾ ਦੇ ਸਾਰੀਆਂ ਦਿਖਾ ਦੇ ਵੀਰੇ। ਨਾਲ ਇਹਦੇ ਆ ਗਈ ਕੱਟੀ, ਇਹਦੇ ਨਾਲ ਆ ਗਈ ਕੱਟੀ, ਬੰਦੇ ਬੰਦੇ ਹਾਂ ਬੰਦੇ ਬਾਈ ਜੀ ਆ ਗਈ, ਬੰਦੇ ਆ ਗਈ ਥੱਲੇ ਆ ਜਾਂ ਬਾਲਟੀ ਚੋਂ ਵੀ ਮਾਰ ਦਿੱਤਾ ਨਾ। ਚਵਾਈ ਤੁਹਾਨੂੰ ਕੱਲੀ ਕੱਲੇ ਪਸ਼ੂ ਨੂੰ ਚੈੱਕ ਕਰਾ ਦਾਂਗੇ ਸਾਰਿਆਂ ਦੀ। ਪਿਛਲਾਂ ਜੀ ਮਾਰ ਦਿੱਤਾ ਜਰੂਰ, ਫੋਕਾ ਚੋਣੇ ਪੋਲਾ ਜਿਵੇਂ ਆਪਾਂ ਕਹਿੰਦੇ। ਠੀਕ ਆ ਗੱਲ। ਹਾਂ ਆ ਚਵਾਈ ਜੀ ਆ ਗਈ ਬਿਲਕੁਲ ਫੋਕੀ, ਤੇ ਇੱਥੋਂ ਗਹਿਰੀ ਸਾਰੀ ਮੈਂ ਵੀ ਦਿਖਾ ਦੇ ਧਾਰਾਂ ਕਿਹੜੀ ਮੈਂ ਦੀਆਂ ਵੱਜੀ ਜਾਂਦੀਆਂ, ਇਹ ਤਸੱਲੀ ਵੀ ਕਰਾ ਦੇ ਇੱਥੋਂ। 2 ਨੰਬਰ ਤੇ ਆ ਗਈ, ਇਹਦਾ ਬਾਈ ਕਹਿੰਦਾ ਲਵਾਂਗੇ 1,40,000 ਮਾਨਤਾ ਨੂੰ ਚੋਂ ਕਰ ਦਿਆਂਗੇ, 10-11 ਕਿਲੋ ਬੋਲੇ ਤੋਂ ਇਹ ਸਟਾਰਟ ਹੋਈ ਆ। ਤੇ ਹੁਣ ਮਾਰ ਦੇ ਕੈਮਰਾ ਹੈ, ਤੇ ਗਹਿਰੀ ਵੱਡੀ ਬੁੱਢੀ ਤੇ ਚੌੜੀ ਚੂੜੀ ਝੋਟੀ ਵੀ ਫੁੱਲਾਂ ਚੜਾਈ ਚੜੂਈ ਉੱਤੋਂ ਪੂਰੀ ਆ ਗਈ, ਜਮਾਂ ਜੈਡ ਬਲੈਕ ਹੀ ਆ ਗਈ, 4 ਕਬਾਲੀ ਨੇ ਚਿੱਟੇ ਪੂੰਜੜ ਚ ਧੋਰ ਦੇ ਬਈ ਐਂ। ਸਿੰਘੇ ਦਾ ਵੀ ਬੰਦ ਆ ਗਿਆ ਜਮਾਂ, ਇਹਦਾ ਸੂਆ ਕਿਹੜਾ ਕਲੇ? ਦੂਜਾ ਵੀਰੇ 16 ਲੀਟਰ ਤਾਂ ਮੁੜੀ ਆ ਗੁਰੀ ਇਹ। ਅੱਛਾ। ਹਾਂ ਬਾਲਾ ਗਰਮੀ ਕਰਕੇ ਨਾ ਜਮੀ ਐ ਹੱਲਿਆ ਕਰੇ, ਫਿਰ ਅੱਜ ਨਾ ਮਤਲਬ ਕਿ ਖਾਸਾ ਘਟ ਗਈ ਸੀ। ਠੀਕ ਆ ਗੱਲ।
ਕਿੰਨੇ ਦਿਨ ਦਾ ਸੂਆ ਹੋ ਗਿਆ ਭਾਈ ਇਹ ਹੋ ਗਈ 15-16 ਦਿਨ ਮੰਗੂ ਮੈਲਾ ਮੂਲਾ ਚੱਲ ਹਟੀ ਵੀਰੇ ਮੈਲਾ ਚੱਲ ਹਟੀ ਤੇ ਅੱਜ ਦੁੱਧ ਕਿੰਨਾ ਇਹਦੇ ਕੋਲੇ ਦੁੱਧ ਅੱਜ 14 ਲੀਟਰ ਤਿਆਰ ਹੋਣਾ 14 ਤੇ 16-16 ਦੇ ਆਸੇ ਪਾਸੇ ਲੱਗ ਵੀਰੇ ਦੁਬਾਰੇ ਕਰ ਜੂਗੀ ਆ ਤਾਂ ਹੀ ਗਰਮੀ ਇੰਨੀ ਦੀ ਫਾਰੇ ਫੁਰੇ ਲਾ ਕੇ ਦੁਬਾਰੇ ਲੋਟ ਕਰੀਏ ਉਤਲੇ ਛੱਤ ਤੇ ਮਾਰੀ ਕਰੀ ਕੈਮਰਾ ਗਰਮੀ ਕਰਕੇ ਛੱਤ ਥੱਲੇ 16 ਤੇ ਵੱਜ ਗਈ ਹਾਂ ਗਰਮੀ ਕਰਕੇ ਥੋੜਾ ਫਿਰ ਦੱਬ ਗਈ ਵੀਰੇ ਹਾਂ ਤੇ ਬਾਕੀ ਇੱਥੋਂ ਦਿਖਾ ਦੇ ਬਾਕੀ ਦੀ ਚਵਾਈ ਕਰ ਦਾਂਗੇ ਦੀ ਤੇ ਬੱਚਾ ਲਾ ਕੇ ਚਵਾਈ ਤੁਹਾਨੂੰ ਇਹਦੀ ਵੀ ਦਿਖਾ ਦੂੰ ਆਰਡਰ ਰੱਖ ਦਿਆ ਬਿਲਕੁਲ ਨਾਲ ਲੱਗਵਾ ਜਿਹੜਾ ਆਪਾਂ ਕਹਿੰਦੇ ਨੇ ਕਾਮਯਾਬ ਆਰਡਰ ਹੁੰਦਾ ਪਸ਼ੂਆਂ ਦੇ ਵਿੱਚ ਉਦਾਂ ਦਾ ਆਰਡਰ ਰੱਖ ਦਿਆ ਤੇ ਬਾਡੀ ਦੀ ਫੁੱਲ ਚੜਾਈ ਚ ਤੇ ਸੁਭਾਅ ਦੀ ਬਿਲਕੁਲ ਠੰਡੀ ਸੀ ਲਾ ਬੱਚਾ ਕੀ ਕਾਲੇ ਦਿਨ ਕੱਟੀਏ ਵੀਰੇ ਥਲੇ ਨਾਲ ਇਹਦੇ ਵੀ ਕੱਟੀ ਆ ਗਈ ਤੇ ਅੱਜ 14 ਕਿਲੋ ਹਾਜ਼ਰ ਹੈ ਐਨ ਵੀਰੇ ਹਾਜ਼ਰ ਅੱਜ ਬਾਕੀ 14 ਲੀਟਰ ਪਾਈ ਕਹਿੰਦਾ ਇਹਦੇ ਕੋਲੇ ਹਾਜ਼ਰ ਆ ਦੁੱਧ ਕਰ ਗਈ ਦੀ ਝੋਟੀ 16 ਹੀ ਤੁਹਾਨੂੰ ਪਤਾ ਮੈਲਾ ਮੂਲਾ ਚੱਲ ਹਟੀ ਦੀ ਵੀ ਯਾਰ ਜਿਹੜਾ ਵੀ ਪਸ਼ੂ ਇੰਨੀ ਗਰਮੀ ਚ 14 ਦੰਦਾ ਹੋ ਜੇ ਸਿਆਲ ਚ ਸੂਆ ਹੋਵੇ ਤਾਂ 2 ਕਿਲੋ ਦੁੱਧ ਪਲੱਸ ਭਾਈ ਯਾਰ ਆ ਪਿਛਲੇ ਕਿੰਨਾ ਟੈਂਪਰੇਚਰ ਰਿਹਾ ਪਿਛਲੇ ਕਈ ਦਿਨਾਂ ਚ ਹਾਂ 47 48 ਤੇ ਸੂਈ ਗਰਮੀ ਨਾਲ ਜਮੀ ਮੱਝਾਂ ਦੀ ਤਾਕੜੀ ਹੀ ਆ ਜਿਹੜੀ 14 ਦੇ ਜਾਂਦੀ ਆ ਜਿਹੜੀ ਇਹਦਾ ਰੇਟ ਕਾਲੇ ਕੀ ਰਹੂਗਾ ਭਾਈ ਇਹਦਾ ਰੇਟ ਵੀਰੇ 140 ਦਾ ਲੈ ਲਾਂਗੇ ਜੇ ਕਿਤੇ ਜੋੜਾ ਜਾਂਦਾ ਹੈ ਹਾਂਜੀ ਤਾਂ ਮਾਨ ਤਾਂ ਵਧੀਆ ਕਰਦਾ ਜੋੜੇ ਚੋਂ ਹਾਂ ਕਿੰਨਾ ਡਾ ਜੋੜਾ ਚਾਹੇ ਇੱਕ ਹੋਰ ਮਿੱਤਰ ਹੈ ਚਾਹੇ ਜੋੜਾ ਇਹਦਾ ਬਣਾ ਲਓ ਆ ਵੀ ਵੱਡੀ ਝੋਟੀ ਹੈ ਪੂਰੀ ਬਰਾਬਰ ਦੀ ਚਾਹੇ ਜੋੜਾ ਇਹਦਾ ਬਣਾ ਲਓ ਇਹਦੇ ਕੈਮਰਾ ਮਾਰ ਦੇ ਠੀਕ ਹੈ ਗੱਲ ਹਾਂ ਪਾ ਇੱਕੋ ਜਿਹਾ ਤਿੰਨਿਆਂ ਦਾ ਠੀਕ ਹੈ ਤਿੰਨਿਆਂ ਦਾ ਪਾ ਇੱਕੋ ਜਿਹਾ ਜੋੜਾ ਆ ਵਾਲਾ ਜੱਚਦਾ ਉੱਤੋਂ ਚੋਰੀਆਂ ਚੂੜੀਆਂ ਇੱਕੋ ਜੀਆਂ ਨੇ ਵੱਡੀਆਂ ਜਵਾਨ ਝੋਟੀਆਂ ਹੀ ਪੂਰੀ ਕਰ ਦਾਂਗੇ ਗੁਰੂ ਠੀਕ ਹੈ ਗੱਲ ਹਾਂ ਆ ਗਈ ਬੰਦੇ ਬੱਚਾ ਫਿਰ ਬੰਦੇ ਬੱਚਾ ਤੇ ਮਾਰ ਦੇ ਇਹ ਲਾ ਲੈ ਵੀਰੇ ਜੇ ਚਾਹੇ ਇਹਦਾ ਜੋੜਾ ਬਣਾ ਲੇ ਚਾਹੇ ਕੋਈ ਬਾਈ ਸਿੰਗਲ ਕਿੰਨੇ ਡਾ ਦੇਗਾ ਜੋੜੇ ਚੋਂ ਜੋੜੇ ਚ 5000 ਮਾਨ ਕਰ ਦਾਂਗੇ 5000 ਮਾਨ ਕਰ 5 ਡਾ ਦੇਗਾ ਹਾਂ ਚਾਹੇ ਆਏ ਜੋੜਾ ਬਣਾ ਲੈ ਚ ਇੱਕ ਹੋਰ ਜਿਹੜਾ ਮਰਜੀ ਜੋੜਾ ਬਣਾ ਲਾ ਬਾਕੀ ਯਾਰ ਵੀਰੇ ਪਤਾ ਕੀ ਹੈ ਕੱਲਾ ਇਹ ਵੀ ਨਹੀਂ ਵੀ ਜੋੜੇ ਚ ਲੈਣ ਜੇ ਭਾਈ ਇਕੱਲੇ ਹੀ ਹੈ ਕੋਈ ਲੈਣੀ ਹੈ ਤਾਂ ਇਕੱਲੀ ਦੇ ਦਾਂਗੇ ਕੋਈ ਆਪਣਾ ਹੀ ਨਹੀਂ ਜਿਹੜੀ ਮਾਨਤਾਨ ਹੋ ਜੂ ਹਾਂ ਦਵਾਈ ਜਮੂਈ ਦੀ ਇਹ ਵੀ ਫੁੱਲ ਠੋਸ ਆ ਗਈ ਤੇ ਬਾਕੀ ਇਹ ਝੋਟੀ ਯਾਰ ਕਰੂਗੀ ਕੁਛ ਇਹ ਕੁਛ ਕਰਨ ਵਾਲੀ ਝੋਟੀ ਆ ਆਮ ਝੋਟੀ ਨਹੀਂ ਹੈਗੀ ਸੱਜਣੋ ਜੇ ਗੱਲਬਾਤ ਕਰ ਲਈਏ ਬਸ ਕਾਹਲੇ ਛੱਡ ਦੇ ਇੱਕ ਦੇਖ ਪੂਰੀ ਇਹਦਾ ਇੱਕ ਮਿੰਟ ਮੜਾ ਜਾ ਦੇਖੀ ਐ ਕਰਕੇ ਲੱਗ ਗਿਆ ਤਾਂ ਵੀ ਕੀ ਕਹਿੰਦੀ ਹੈ ਨਾੜਾ ਨੂੜਾ ਦਿਖਾ ਦੇ ਮਾੜਾ ਮੋਟਾ ਪਲਾ ਐ ਦੇਖ ਵੀ ਪਲਾਈ ਹੈਗੀ ਚੁੰਡੀ ਵੱਟ ਲੇਗਾ ਲੇਵੇ ਦੇ ਬੜਾ ਸ਼ਾਨਦਾਰ ਲੇਵਾ ਯਾਰ ਨਾ ਲੱਗਾਂ ਵਾਲਾ ਕੰਮ ਹੀ ਹੈਗਾ ਯਾਰੀ ਓਏ ਇਹ ਲੈ ਪਿੱਛੋਂ ਦੀਆਂ ਧਾਰਾਂ ਮਾਰੀ ਜਾ ਅੱਜ ਮਰਜ਼ੀ ਮਾਰੀ ਜਾ ਕੋਈ ਚੱਕਰ ਨਹੀਂ ਵੀਰੇ ਹੱਲਣ ਵਾਲਾ ਕੰਮ ਨਹੀਂ ਹੈਗਾ ਲੈ ਲੈ ਖੜੀ ਇੱਕ ਮਿੰਟ ਲੈ ਗਾਂ ਵਾਲਾ ਕੰਮ ਹੀ ਹੈ ਨਹੀਂ ਮੱਝ ਆਏ ਤਾਂ ਨਾ ਜਿਵੇਂ ਮਰਜ਼ੀ ਵੀਰੇ ਇੱਕ ਹੋਰ ਦੇਖਾ ਚਾਹੇ ਬੱਚਾ ਵੀ ਨਾ ਛੱਡੀ ਤਾਂ ਵੀ ਆ ਜੂਗੀ ਤਾਂ ਵੀ ਆ ਜੂਗੀ ਠੀਕ ਆ ਗੱਲ ਤੇ ਹੁਣ ਮਾਰ ਗਿਆ ਰਹੀ ਅਗਲੀ ਝੋਟੀ ਦਾ ਕੈਮਰਾ ਤੋੜ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਕਾਲੇ ਇਹਦਾ ਵੀ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਦਿਨ ਦਾ ਸੂਆ ਹੋ ਗਿਆ ਇਹਨੂੰ ਹੋ ਗਿਆ ਹਫਤਾ ਸੂਈ ਨੂੰ ਇੱਕ ਹਫਤਾ ਹਾਂ ਇਹ ਥੱਲੇ 12.5 ਤੇ 13 ਦੇ ਵਿੱਚ ਦੂਜਾ ਸੇਠ ਕਹਿੰਦਾ ਮੈਂ ਤੋੜੂ ਇਹਨੂੰ ਤੇਰ ਦੇ ਸੇਠ ਅੱਜ ਪੂਰਾ ਕੱਟਾ ਹਾਂ ਪੂਰਾ ਬੱਚਾ ਵੀਰੇ ਨਾਲ ਇਹਦੇ ਬੱਚਾ ਆ ਗਿਆ ਬੂਰਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹਫਤੇ ਮੰਗੂ ਹੋ ਗਿਆ ਗੁਰੀ ਇੱਕ ਹਫਤਾ ਹਾਂ ਦੁੱਧ ਇਹ ਵੀ 12.5-13 ਕਿਲੋ ਐਨ ਤੇਰਾ 12.5 ਹੈਗਾ ਆਇਆ ਨੇ ਵੀਰੇ ਦੁੱਧ 16 ਲੀਟਰ ਦੀ ਓਟ ਤੇ ਆਈ ਹੈ ਪਰ ਆਪਾਂ ਓਟ ਨਹੀਂ ਦੇਖੋ ਗਰਮੀ ਦਾ ਮੌਸਮ ਹੈ ਠੀਕ ਹੈ ਗੱਲ ਹਾਂ ਹਰੇ ਨੈਲੇ ਪਾਪੜੇ ਕੋਲੋਂ ਆਈ ਹੈ ਠੀਕ ਹੈ ਗੱਲ ਹਾਂ ਆ ਨੈਲੇ ਪਾਪੜਾ ਹਰਿਆਣੇ ਦੀ ਆ ਗਿਆ ਫਤਿਹਾਬਾਦ ਕੋਲ ਹਾਂ ਵੀਰੇ ਫਤਿਹਾਬਾਦ ਵਾਲੇ ਇਲਾਕੇ ਚ ਨੈਲਾ ਪਾਪੜਾ ਸਾਰੇ ਸੱਜਣੇ ਦੋ ਝੋਟੀਆਂ ਉਧਰੋਂ ਆਈਆਂ ਨੇ ਬਾਕੀ ਝੋਟੀਆਂ ਆਈਆਂ ਨੇ ਹਜ਼ਾਰ ਸਾਈਡ ਤੋਂ ਠੀਕ ਹੈ ਗੱਲ ਹਾਂ ਬਾਂਦੇ ਪੁੱਤ ਕਮਾ ਗਏ ਚੋਣ ਚਵਾਉਣ ਦੀ ਗੱਲ ਬਾਲਾ ਮੋਟਾ ਚੋਣ ਹੈ ਪੋਲਾ ਜਮੀ ਭੂਖ ਵਰਗਾ ਗੁਰ ਇਹੀ ਚਾਹੂਗਾ ਇਹੀ ਚਾਹੂਗਾ ਇਹੀ ਚਾਹੂਗਾ ਦੇਖ ਲੱਗ ਰਿਹਾ ਕਹਿੰਦਾ ਮੈਂ ਆਪੇ ਚਾਹੂਗਾ ਇਹੀ ਚਾਹੁੰਦਾ ਇਹਦਾ ਰੇਟ ਇਹਦੀ ਮਜ ਇਹ ਵੀ 41 ਹੋਇਆ ਪੂਰੀ ਤਿੰਨਿਆਂ ਦਾ ਇੱਕੋ ਭਾਅ ਹੈ ਠੀਕ ਹੈ ਗੱਲ ਹਾਂ ਆਪਣੇ ਰੇਟ ਖਿੱਚ ਕੇ 40 ਲੈਣ ਵਾਲਾ ਬੱਚਾ ਲਾ ਕੇ ਜਦੋਂ ਆ ਗਈ ਦੱਸਦੀ ਤੇ ਹੁਣ ਮਾਰ ਦੇਗਾ ਜਦੋਂ ਆ ਗਈ ਪਹਿਲਾਂ ਬੱਚਾ ਬਦਲਾ ਦੀ ਬਿੱਟੇ ਇਹਦਾ ਆਰਡਰ ਦਿਖਾ ਗਰੀ ਓਏ ਇੱਥੇ ਮਾਰ ਕੈਮਰਾ ਬੜਾ ਜ਼ਬਰਦਸਤ ਆਰਡਰ ਲਈ ਫਿਰਦੀ ਆ ਕੱਟੀ ਥੱਲੇ ਵੀਰੇ ਆ ਦੇਖ ਲੈ ਕੱਟੀ ਥੱਲੇ 3 ਦਿਨ ਹੋਏ ਨੇ ਬੋਲਾ ਖਾਲੀ ਐ ਆ ਕੱਟੀ ਆ ਨਾਲ ਕੱਟੀ ਤੇ ਵੀ ਮਾਰ ਦੇ ਕੈਮਰਾ ਵੀ ਕਰਾ ਦੇ ਗਰੀ ਚੈੱਕ ਤੇ ਕੱਟੀ ਵੀ ਬੜੀ ਜ਼ਬਰਦਸਤ ਆ ਯਾਰ ਤੇ ਫੇਸ ਤੇ ਮਾਰ ਦੇ ਸੂਆ ਇਹਦਾ ਕਾਲੇ ਸੱਤੀ ਲੈ ਤੋਰੀ
ਆ ਜਾ ਬਾਈ ਤੋੜ ਦੇ, ਐਂ ਘੁਮਾ ਕੇ ਉੱਥੋਂ ਲੰਬੀ ਘੁਮਾ ਦੇ। ਇਹਦੇ ਕਿਹੜੀ ਕੈਮਰਾ ਮਾਰਦੀ, ਮੁੰਡਾ ਰਿਸ਼ਤੇਦਾਰ ਆਇਆ ਹੈ। ਅੱਛਾ, ਇਹਨੂੰ ਵੀ ਬਣਾਓਗੇ ਵਪਾਰੀ? ਨਾ ਇਹ ਤਾਂ ਬਾਹਰ ਦਾ ਹੈ। ਹੈਂ ਬਾਹਰ? ਨਾ ਮੈਂ ਕਈ ਵਾਰੀ ਚੇਲ ਨਾ, ਇਹਨਾਂ ਪੀਆਰ ਹੋਣੇ ਬਾਹਰ ਜਾਊਗਾ। ਅੱਛਾ ਬਾਹਰੇ? ਬਾਹਰ ਬਾਅਦ ਜੇ ਦੋ ਵੀਡੀਓ 'ਚ ਆ ਗਿਆ ਫਿਰ ਨਹੀਂ ਜਾਂਦਾ ਬਾਹਰੇ, ਨਾ ਜਾਣਾ ਪਊਗਾ, ਉਰੀ ਜੀ ਲੱਗ ਜੂ। ਕਿੰਨੇ ਦਿਨ ਹੋ ਗਏ, ਤੀਜਾ ਦਿਨ ਇਹਨੂੰ? ਹਾਂ ਵੀ ਉਹਦਾ ਕੈਮਰਾ ਮਾਰ ਬੱਚੇ ਦੇ, ਲੰਬੀ ਲੈ ਚੱਲ ਭਾਈ। ਹਰ ਚੋਚ ਵੀ ਆਏ ਦਾ ਵੀ ਕੰਮ ਦਾ, ਦੁੱਧ ਛੋਟੀ ਜੀ ਨਾ ਜਾਣੀ, ਦੁੱਧ 16-17 ਕਿਲੋ ਕੱਢਣਾ ਹੈ। 12-11 ਤੋਂ ਹੁਣ ਚੱਲੀ ਇਹ ਹਾਈਟ, ਇਹਦੀ ਛੋਟੀ ਨਹੀਂ ਕਹਿ ਸਕਦੇ, ਮੀਡੀਅਮ ਹਾਈਟ ਦੇ ਵਿੱਚ ਆ ਗਈ ਇਹ। ਕਿੰਨਾ ਕਿੰਨਾ ਬੋਲਾ ਬਾਈ ਹੁਣ? 12 ਲੀਟਰ ਚਾਲੂ ਹੋਈ ਹੈ ਵੀਰੇ, ਖਾਲੀ 12 ਕਿਲੋ ਬੋਲੇ ਤੋਂ ਬਾਈ ਕਹਿੰਦਾ ਜਿਹੜੀ ਚੱਲਦੀ ਆ 16-17 ਤੇ ਪਹੁੰਚਣੀ ਚਾਹੀਦੀ ਵੀਰੇ, ਐਨ ਪਹੁੰਚੂਗੀ। ਹੈ ਇੰਨੇ ਜੰਗਾਂ ਵਾਲੀ ਯਾਰ, ਜੇ ਇਹਨੇ 16-17 ਨਾ ਕੱਢਿਆ ਫਿਰ ਤਾਂ ਗੁਰੀ ਗਈ। ਬਰੀਕ ਵੀ ਵਾਲੀ ਆ ਨਾ, ਬਰੀਕੀਆਂ ਬਰੂਕੇ ਆ ਗਈ, ਬੰਦੇ 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 ਬਰੀਕ ਆ ਗਈ ਫੁੱਲੇ। ਇਹਦਾ ਰੇਟ ਕਾਲੇ ਜਿਹੜੀ ਹੁਣ ਹੋ ਗਿਆ ਟੁੱਟੀ, ਇਹਦਾ ਹਾਂ ਇਹਦਾ 1.45 ਵੀਰੇ, ਇਹਦਾ ਰੇਟ ਹੈਗਾ ਬਾਈ ਕਹਿੰਦਾ 1,45,000। ਜੇ 1,40 ਵਾਲੀ ਦੇ ਨਾਲ ਲਾ ਲਓਗੇ ਨਾ, 2-80 ਚ ਜੋੜਾ ਮਿਲ ਜੂਗਾ ਤੁਹਾਨੂੰ। ਤਾਂ ਮਾਰੇਗਾ ਤਾਰਾ? ਮਾਰ ਦੇਗਾ, ਮਾਰੂਗਾ, ਚੱਕ ਦੇ, ਜ਼ੋਰ ਨਹੀਂ ਹੈਗੇ ਜੇ ਨਾ, ਇਹਦਾ ਚੱਕ ਦਿੰਦਾ ਹੈ, ਨੇੜਿਓਂ ਫੜ ਕੇ ਮਾਰ, ਥੋੜਾ ਥੱਲੋ ਥੱਲੋ ਫੜ ਬੇਟੇ, ਆਉ ਕਰੀ ਜਾਂਦੇ ਹਾਂ ਟ੍ਰੇਨ ਇਹਨੂੰ ਹਨਾ, ਹੌਲੀ ਹੌਲੀ ਲੈ ਤੂੰ ਦਿਖਾਵਾਂ ਅੱਗੇ। ਇਹਨੂੰ ਗਾਲੀ ਨੂੰ ਬੱਚਾ ਲਾ ਦੇ ਪੁੱਤ, ਤੇਜ਼ੀਆਂ ਧਾਰਾਂ ਵੀ ਦਿਖਾਵੇਂ। ਆ ਚਵਾਈ ਗੱਲ ਪੱਕੀ ਆ, ਚਵਾਈ ਭੁੱਲੀ ਹੈ ਕਿਉਂਕਿ ਯਾਰ ਪਤਾ ਕੀ ਗੁਰੀ ਕੀ ਹੈ, ਆਪਾਂ ਹਰੇਕ ਵੀਡੀਓ 'ਚ ਬੋਲਦੇ ਆ ਤੇ ਦੁੱਧ ਘੱਟ ਵੱਧ ਚੱਲ ਜਾਂਦਾ, ਚਵਾਈ ਤੁਹਾਡਾ ਡੰਗਰ ਦਾ ਔਖਾ ਬਹੁਤ ਹੈ। ਪਿਛਲਾ 'ਚ ਵੀ ਮਾਰ ਦੇ ਬਈ, ਛੱਡ ਦੇ ਬਸ, ਪਿਛਲਿਆਂ 'ਚ ਮਾਰ ਦੇ। ਬਸ ਛੱਡ ਦੇ, ਇਹਦਾ ਰੇਟ ਕੀ ਦੱਸਿਆ ਜੀ ਬੁਰੇ ਬੱਚੇ ਵਾਲੀ ਦਾ? ਕਿਹੜੀ ਦਾ? ਇਹਦਾ ਇਹਦਾ ਵੀ 1.40 ਵੀਰੇ, 1,40,000। ਹਾਂ ਰੇਟ ਬਾਈ ਕਹਿੰਦਾ ਇਹਦਾ ਵੀ 1,40,000 ਦੱਸਿਆ ਜੀ, ਲੈ ਇਧਰਲੇ ਬੰਨੇ ਬੱਚੇ ਦੇ ਪਾ ਦਿੰਦਾ ਮਨੇ, ਆਓ ਲੈ ਦਿਖਾ ਦੇਗਾ ਜੀ ਬੱਚਾ ਨਾਲ ਕੱਟੀ ਵਾਲਾ ਹੋਈ ਬੰਨੇ ਬਾਈ ਮਾੜਾ ਜਾ। ਕੀ ਹੋ ਰਿਹਾ? ਬੱਚੇ ਦੇ ਪਾ, ਬੱਚੇ ਦੇ ਪਾ ਗੁਰੀ, ਉਹ ਕੀ ਗੱਲ ਹੋ ਗਈ? ਨਾੜੂਆ ਨੂੜੂਆ ਦਿਖਾ ਦੇਗਾ ਜੀ, ਹਰਦੀ ਨਹੀਂ, ਤਿੰਨਾਂ ਚਾਰਾਂ ਦਿਨਾਂ ਦਾ ਸੂਆ ਤਾਂ। ਹਾਂ ਵੀਰੇ 3 ਦਿਨ ਹੋਏ ਨੇ, ਉਹ ਕਹਿੰਦੀ ਮੈਂ ਆਪੇ ਲਵਾ ਲੂੰਗੀ, ਤੁਸੀਂ ਬੰਨੇ ਹੋ ਜਾਓ। ਚਲ ਆ ਜਾ ਕੋਈ ਨਾ, ਆਪੇ ਲਾ ਜੇ, ਆਹ ਤੋੜ ਦਿੰਦੇ ਨੇ ਬੱਚਾ। ਇਹਨੂੰ ਦਿੱਤਾ ਲਾ ਕੱਟੀ ਚੁੰਗਦੀ, ਤੁਹਾਨੂੰ ਚੈੱਕ ਕਰਾ ਤੀ ਦੇਖ ਸਕਦੇ ਹੋ, ਤੇ ਹੁਣ ਮਾਰ ਦੇਗਾ ਜੀ ਆਹ ਲਾਸਟ ਵਾਲੀ ਝੋਟੀ ਦੇ ਕੈਮਰਾ। ਲੈ ਚੱਲ ਬਈ ਇਹਨੂੰ, ਇਹਦਾ ਸੂਆ ਕਾਲੇ ਕਿਹੜਾ? ਪਹਿਲੇ ਵੀਰੇ ਚੌਕ ਦੇ ਬਰਾਬਰ ਇਹ ਵੀ ਨਹੀਂ ਕਰੇ, ਪਹਿਲਾ ਸੂਆ ਹਾਂ ਚੌਕ ਦੇ ਬਰਾਬਰ ਨਹੀਂ ਕਰੇ, ਨਹੀਂ ਕਰੇ ਹੈਗੇ, ਠੀਕ ਆ ਗੱਲ। ਹਾਂ ਚੌਕ ਦੇ ਨਾਲ ਨਹੀਂ ਕਰੇ ਸੂਆ ਪਹਿਲਾਂ, ਤੇ ਆਰਡਰ ਬਹੁਤ ਸੋਹਣਾ ਰੱਖਦੀ ਆ, ਥਣ ਵੀ ਕੱਲਾ ਕੱਲਾ ਰੱਖਦੀ ਆ, ਤੇ ਆਰਡਰ ਦੀ ਸ਼ੇਪ ਵੀ ਬਹੁਤ ਸ਼ਾਨਦਾਰ। 12 ਲੀਟਰ 12 ਲੀਟਰ ਦੀ ਓਟ ਤੇ ਭੇਜਾਂਗੇ ਕੱਟੀ, 12 ਦੀ ਗਾਰੰਟੀ ਤੇ। ਹਾਂ ਐਨ ਵੀਰੇ, ਅੱਜ 8-9 ਦਿਨ ਹੋਣੇ ਸੂਈ ਨੂੰ, ਠੀਕ ਹੈ। ਬੱਚਾ ਕੀ ਆ ਕਾਲੇ ਨਾਲ ਦੇ? ਕੱਟੀ ਹੈ ਵੀਰੇ ਨਾਲ ਕੱਟੀ, 8-9 ਦਿਨਾਂ ਦੀ ਸੂਈ ਕੋਲੇ ਦੁੱਧ ਕਿੰਨਾ ਹੋਣਾ? ਦੁੱਧ 12 ਲੀਟਰ ਕਰ ਗਈ ਵੀਰੇ, 15 ਲੀਟਰ ਦਊਗੀ ਪਹਿਲਾਂ ਕੱਟੀ ਇਹ। 12 ਕਰ ਗਈ, ਐਨ ਕਰ ਗਈ ਵੀਰੇ। ਹਾਂ ਤਾਂ 12 ਕਿਲੋ ਤਿਆਰ ਆ ਸੱਜਣੋ, ਚਾਹ ਲਾਈ ਜਾ ਤੁਹਾਨੂੰ ਲਾਈ ਜਾ। ਜਿਹੜੇ ਉਹ ਬਾਈ ਕਹਿੰਦਾ ਬਰਾਬਰ ਨਹੀਂ ਕਰੇ, ਇੱਕ ਗੱਲ ਹੋਰ ਦੱਸਦਾ ਨਾ, ਥਣਾਂ ਦਾ ਸਾਈਜ਼ ਵੀ ਇੱਕੋ ਜਿਹਾ ਤੇ ਗੈਪ ਵੀ ਥਣਾਂ 'ਚ ਬਹੁਤ ਸ਼ਾਨਦਾਰ ਰੱਖਦੀ ਆ। ਬਾਕੀ ਚਵਾ ਵਾਲਾ ਖੋਲਿਆ ਗੁਰੀ, ਠੀਕ ਆ ਗੱਲ, ਮੋਟਾ ਮੋਟਾ ਚੋਣਾ, ਇਹ ਨਹੀਂ ਹੈਗਾ ਵੀ ਪ੍ਰੂਣਾ ਵਾਂਗੂ ਹਲੇ, ਠੀਕ ਹੈ। ਤੇ ਉਹ ਆ ਗਈ ਦੀ ਕੱਟੀ ਹੈ? ਹਾਂ ਕੱਟੀ ਵੀਰੇ, ਕੱਟੀ ਵੀ ਚੰਗੀ ਆ ਨਾ, ਬੱਚੇ ਤੇ ਪਤਾ ਲੱਗ ਜਾਂਦਾ ਹੁੰਦਾ ਮੱਝ ਥੱਲੇ ਦੁੱਧ ਕਿੰਨਾ ਕਾ ਦੇਖ, ਕਿਉਂਕਿ ਜਿਹੜਾ ਬੱਚਾ ਐਂ ਦੱਸ ਦਿੰਦਾ ਹੁੰਦਾ ਵੀ ਮੱਝ ਦੀ ਗਾੜੀ ਕਿੰਨੀ ਕਹਿੰਦਾ, ਬੰਨੀ ਸੱਤੀ ਬੱਚਾ ਬੰਨਦੇ ਉਹਦੇ, ਤਕਰੀਬਨ ਆਪਾਂ ਮੱਝ ਦੀ ਗਾੜੀ ਛੱਡਦੇ ਹੁੰਦੇ ਆ। ਕੱਦ ਕੱਟੀ ਦਾ ਬਹੁਤ ਸੋਹਣਾ ਹਨਾ? ਹਾਂ ਵੀਰੇ ਹਾਂ, ਕੱਦ ਕਾਟ ਬਹੁਤ ਸੋਹਣਾ। ਉਹੀ ਗੱਲ ਚੱਲੀ ਕਾਲੇ, ਉਹੀ ਗੱਲ ਆ ਗਈ ਨਾ ਗੁਰੀ, ਜੇ ਹੁਣ ਆਪਾਂ ਬੱਚੇ ਫਲਾਣੇ ਦਾ ਜੀ ਫਲਾਣੇ ਦਾ, ਇਹਦਾ ਆਪਾਂ ਕਦੇ ਕਰੀ ਨਹੀਂ ਕਿਸੇ ਵੀਡੀਓ 'ਚ ਵੀ, ਠੀਕ ਆ ਗੱਲ। ਜੇ ਆਪਾਂ ਨੂੰ ਪਤਾ ਹੈ ਉਹਦਾ ਕੱਟੀ ਯਾਰ ਸ਼ਾਨਦਾਰ ਹੈ, ਪਿਓਰ ਟੀਕੇ ਦੀ ਕਿਸੇ ਦੀ ਸ਼ਾਨਦਾਰ ਆ ਪੂਰੀ ਗਾਰੀ, ਕੱਟੀ ਤੇ ਮਾਰ ਕੇ ਉਹਦੇ ਮਾਰੀ ਕੈਮਰਾ, ਬੱਚੇ ਥਣ ਕਹਿ ਜਾ ਕੱਢੇ ਕੱਟੀ ਨੇ ਟੁੱਟੀ, ਕੋਈ ਗੱਲ ਨਹੀਂ ਉਹ ਦਿਖਾ ਦਾਂਗੇ ਕੱਟੀ ਦੇ ਇਧਰਲੇ ਬੰਨੇ ਦੀ ਯਾਰ, ਕੱਟੀ ਡਬਲ ਬਹੁਤ ਆ ਗਈ ਇਹਦੀ, ਇੱਥੋਂ ਦਿਖਾ ਕੱਟੀ ਬਹੁਤ ਡਬਲ ਆ ਕਾਲੇ, ਮੈਲੇ ਤਾਂ ਨਹੀਂ ਲੱਗੀ ਇਹ ਵੀਰੇ ਹਲੇ ਕਿੱਥੇ, ਹਲੇ ਤਾਂ 9-10 ਦਿਨ ਹੋਏ ਨੇ, ਮੈਲੇ ਦੀ ਗਾਰੰਟੀ ਹੋਊਗਾ ਆਪਣੀ।
ਮੈਲੇ ਦੀ ਬਾਈਕ ਜਿਹੜੀ ਨਾਲਾ ਚੱਲੀ ਹੈ ਬੁੜੀ, ਜਿਹੜੀ ਨਾਲਾ ਚੱਲੀ ਹੈ ਦੱਸ ਦਾਂਗੇ ਉਹ ਚੱਲੀ ਹੈ। ਹਾਂ ਕਿਉਂਕਿ ਕੱਟੀ ਥੋੜੀ ਕਈ ਵਾਰੀ ਬੱਚਾ ਕਿਸੇ ਕੱਦ ਕਾਠ ਵਾਲੇ ਸੀਮਨ ਦੇ ਹੀ ਹੁੰਦਾ, ਬੰਦੇ ਬੰਦੇ ਬੱਚੇ ਤੇ ਬੰਦੇ ਕੋਈ ਬੇਸ਼ੱਕ ਮਾਰੀ ਤਾਂ ਰਹੇ ਜੀਓ ਚੌਕ ਦੇ ਦੰਦੇ ਨੇ ਬਰਾਬਰ ਨਹੀਂ ਬਾਈ ਕਹਿੰਦਾ ਕੀ ਬਾਈ ਉੱਤੇ ਮਾਰ ਮਾਰਿਆ ਕੈਮਰਾ ਆ ਗਈ 12 ਲੀਟਰ ਦੁੱਧ ਹਾਜ਼ਰ ਹੈ 14-15 ਤੇ ਜਾਊ ਇਹਦਾ ਰੇਟ ਕਾਲੇ ਇੱਧਰ ਇਹਦਾ ਰੇਟ ਜਮੀ ਹਾਲ ਆ ਜਿਹੜੀ ਇਹ ਕੱਟੀ ਦਾ ਹਾਂਜੀ 1,35,000 ਲੈ ਲਵੇ ਉਹ ਬੱਚਾ ਪਰਲਾ ਜਾਂਦਾ ਉਹ ਇੱਧਰ 1,00,000 ਤੇ 35,000 ਦੀ ਬਾਈ ਕਹਿੰਦਾ ਲਾਸਟ ਵਾਲੀ ਦੇ ਦਾਂਗੇ ਤੇ ਹੁਣ ਤੁਹਾਨੂੰ ਧਾਰਾਂ ਦਿਖਾ ਦਿੰਦੇ ਆ ਝੋਟੀ ਨਹੀਂ ਆਪਾਂ ਪਰਲਾ ਬੱਚਾ ਨਾ ਜਾਵੇ ਲੈ ਇਹਦੇ ਮਾਰ ਕੈਮਰਾ ਵੀਰੇ ਮਾਰ ਗਿਆ ਜੀ ਕੈਮਰਾ ਥਣ ਕੈਸਾ ਬਣਾਇਆ ਝੋਟੀ ਨੇ ਦੇਖੀ ਮਾਰ ਦੋ ਅਰ ਚੋਣ ਵੀ ਮੁਦਕਰ ਵਰਗਾ ਲਿਖੂਗਾ ਉਹ ਪਰਲਾ ਬੱਚਾ ਨਾ ਮੂੰਹ ਲਿਆ ਜਾਏ ਉਹ ਜਾ ਵੀ ਉਧਰ ਬਣਾ ਮਾਰੇ ਜੱਤੀ ਵਿੱਚ ਦੀ ਬੜਕੇ ਜਾਈ ਆ ਨਹੀਂ ਬੱਚੇ ਇਕੱਠੇ ਕਰਦੇ ਚੱਲ ਮਾਰ ਦੇ ਧਾਰਾਂ ਕੋਈ ਪਿਛਲਾ ਚ ਵੀ ਮਾਰ ਦੋ ਜੀ ਤੇ ਬਾਅਦ ਹੀ ਆ ਗਈ ਫੁੱਲ ਮੋਟੀ ਜਿਵੇਂ ਗਾਂ ਵਾਲਾ ਸਿਸਟਮ ਹੀ ਆ ਅਸੀਂ ਨਹੀਂ ਕਹਿੰਦੇ ਬੱਚੀ ਕਹਿੰਦੀ ਜਾਂਦੀ ਛੱਡ ਦਿਓ ਜੀ ਲੈ ਤਸੱਲੀ ਤੁਹਾਡੀ ਫੁੱਲ ਕਰਾਤੀ ਜਾ ਮੈਂ ਉਹ ਸਿਸਟਮ ਨਹੀਂ ਹੈਗਾ ਹਿੱਲਣ ਚੁੱਦਣ ਵਾਲਾ ਕਿਉਂਕਿ ਤਾਜ਼ੇ ਹੋਊਗੀ ਵੀਰੇ ਬਾਕੀ ਥੋੜਾ ਟਾਈਟ ਬੰਨੇ ਹੋਣੇ ਇੱਕ ਦੂਜਾ ਬੱਚਾ ਲਾ ਦਿੰਦੇ ਮੂੰਹ ਠੀਕ ਆ ਤੇ ਉਹ ਝੋਟੀ ਦੇਵਾਂਗੇ ਜਿਹੜੀ ਥੱਲੇ ਬੱਚੇ ਨੇ ਲਾ ਰੱਖਿਆ ਬੱਚਾ ਉਧਰ ਉਹ ਬਾਈ ਕਹਿੰਦਾ 1,35 ਦੀ 12 ਲੀਟਰ ਦੁੱਧ ਹਾਜ਼ਰ ਹੈ ਵਾਰ ਵਾਰ ਤਾਂ ਦੱਸਦਾ ਹੁੰਦਾ ਵੀ ਸੂਆ ਪਹਿਲਾਂ ਆ ਗਈ ਚਾਰ ਬਰਾਬਰ ਨਹੀਂ ਕੀਤੇ ਨਾਲ ਆ ਗਈ ਮਰਿਆ ਉਹ ਬਦਲਾਈਏ ਥਣ ਬਦਲਾਈਆ ਹਾਂ ਥਣ ਬਦਲਾਈਆ ਤੇ ਆ ਗਈ ਝੋਟੀ ਇਹ ਵੀ ਮੇਰਾ ਖਿਆਲ ਆ ਧਾਰਾਂ ਤੁਹਾਨੂੰ ਇਹਨੇ ਵੀ ਦਿਖਾਉਂਗਾ ਮਾਰ ਕੇ ਤਸੱਲੀ ਕਰਾ ਦੂੰਗਾ ਤੁਹਾਡੀ ਹਰੇਕ ਪੱਖ ਤੋਂ ਲਾ ਗਈ ਮੇਰਾ ਖਿਆਲ ਆ ਕਦੇ ਦੇਖ ਲੈ ਬਾਕੀ ਤਸੱਲੀ ਜ਼ਰੂਰੀ ਹੁੰਦੀ ਹੈ ਗੁਰੀ ਅੱਜ ਤੱਕ ਵੀ ਇੰਨਾ ਮਾਲ ਆਪਾਂ ਵੀਡੀਓ ਰਾਹੀਂ ਵੇਚਿਆ 80% ਮਾਲ ਆਪਣਾ ਆਨਲਾਈਨ ਗਿਆ ਮਾਰ ਦੇ ਤਾਰਾ ਉਹ ਬੰਨ ਦੇ ਖਿੱਚੀ ਨਹੀਂ ਜਾਂਦੀ ਉਹ ਤੋਂ ਚਬਾਈ ਆ ਗਈ ਦੀ ਸੱਜਣੋ ਜਮੇ ਫੋਕੀ ਪਹਿਲਣ ਕੱਟੀ ਦੀ ਜਮੇ ਗੰਨੇ ਵਾਲਾ ਕੰਮ ਹੀ ਆ ਪਿਛਲੇ ਥਣਾਂ ਦੀ ਚਬਾਈ ਵੀ ਚੈੱਕ ਕਰ ਸਕਦੇ ਪਿਛਲੇ ਦੀ ਚਬਾਈ ਵੀ ਸੱਜਣੋ ਫੁੱਲ ਮੋਟੀ ਆ ਗਈ ਜਮਾਨ ਛੱਡ ਦਿੱਤਾ ਤੇ ਬਾਕੀ ਸਾਰੀਆਂ ਦੇ ਕੈਮਰਾ ਗੈਰੀ ਕੇਰਾਂ ਫੇਰ ਦੜਾ ਦੇ ਝੋਟੀਆਂ ਸਾਰੀਆਂ ਕੁਆਲਿਟੀ ਦੀਆਂ ਨੇ ਬਾਕੀ ਜਿਹੜੇ ਸੱਜਣ ਨੂੰ ਜਿਹੜਾ ਵੀ ਪਸ਼ੂ ਪਸੰਦ ਆਊਗਾ ਉਹ ਆਪਦੀ ਤਸੱਲੀ ਨਾਲ ਆਪਦੀ ਸਮਝ ਨਾਲ ਬਾਈ ਤੋਂ ਖਰੀਦ ਕੇ ਲੈ ਜਾਓ ਨੰਬਰ ਫੋਨ ਦੇ ਕੋਲੇ 95920 ਹਾਂਜੀ 99493 95920 99493 ਬਾਈ ਦਾ ਨੰਬਰ ਆ ਪਿੰਡ ਆ ਗਿਆ ਲੇਲ ਖੁਰਦ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਨੇੜੇ ਜਾਖਲ ਹਰਿਆਣਾ ਵੀਡੀਓ ਅਕਸਰ ਬਾਈ ਕੋਲੋਂ ਬਣਾਉਣੇ ਰਹਿੰਦੇ ਆ ਚੰਗੀ ਕੁਆਲਿਟੀ ਪਸ਼ੂ ਆਉਂਦੇ ਆ ਬਾਈ ਕੋਲੇ ਹੱਥ ਕਰਤਾ ਜੋਤਨੇ ਕਹਿੰਦਾ ਇਹਦੇ ਮਾਰ ਕੈਮਰਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ।